ਹਾਂ ਬਈ ਕੰਮ ਕੁੰਮ ਦੇਖ ਲੈ ਕੋਈ, ਵਿਹਲਾ ਫਰੀ ਜਾਂਦਾ ਸਾਰਾ ਦਿਨ ਤੂੰ ਯਾਰ। ਫਾਰਮ ਭਰ ਕੇ ਆਇਆ ਡੈਡੀ ਆਰਮੀ ਵਾਲੇ। ਹਾਂ ਉਹ ਕਹਿੰਦੇ ਨੇ ਭਰਤੀ 'ਚ ਨਿਕਲੀ ਹੋਈ ਆ, ਭਰਤੇ ਤਾਂ ਇਹ ਟਰੈਕਟਰ ਵੇਚ ਦੇਗਾ ਪਤਾ ਕਿੰਨਾ ਔਖਾ ਉਹ ਸਾਰੀ ਉਮਰ ਯਾਰ ਪੈਸੇ ਕਮਾਉਣ ਤੀ ਆ ਫਿਰ ਤਾਂ। ਚੱਲ ਦੇਖਦੇ ਕੋਈ ਹੀਲਾ ਕਰਦੇ ਤੇਰਾ। ਮੇਰੇ ਦੋਸਤ ਨੇ ਦਿੱਤੇ ਸੀ ਉਹ ਜਾਣ ਪਛਾਣ ਦਾ ਹੈਗਾ ਕਹੇ ਦਾ ਬੁਲਾ ਇੰਨਾ ਬੰਦਾ। ਅੱਛਾ ਹਾਂ ਚੱਲ ਦੇਖਦੇ ਕਰਦੇ ਗੱਲ। ਬੰਦਾ ਫੌਜੀ ਰਿਟਾਇਰ ਆ ਗਿਆ, ਮਤਲਬ ਪੈਸਿਆਂ ਦੀ ਗੱਲ ਕਰੀ ਸੀ ਇਹਨਾਂ ਨਾਲ, ਬਾਕੀ ਗੱਲ ਤੁਸੀਂ ਕਰ ਲਓ ਅੱਗੇ। ਕੀ ਹਿਸਾਬ ਕਿਤਾਬ ਆਪਣਾ ਕਿੰਨਾ ਦਾ ਕੰਮ ਦਾ ਹੋਊਗਾ ਪੱਕਾ ਆਪਣਾ? ਗੱਲ ਐ ਸੀ ਜੀ, ਅਸੀਂ ਵੇਚਿਆ ਟਰੈਕਟਰ ਤੇ ਉਹਦੇ ਕਰਕੇ ਅੱਧੇ ਕੁ ਪੈਸੇ ਆਏ ਨੇ, ਅੱਧੇ ਕੁ ਆਉਣਗੇ ਜੇ ਤੁਸੀਂ 2 ਲੱਖ ਨਾਲ ਸਾਰ ਲਓ। ਪੈਸੇ ਤਾਂ ਤੁਹਾਨੂੰ ਪੂਰੀ ਦੇਣੇ ਪੈਣਗੇ, ਅਸੀਂ ਵੀ ਅੱਗੇ ਕਰਨੇ ਹੁੰਦੇ ਆ। ਅੱਛਾ ਅੱਛਾ ਚੱਲ ਦੇ ਰੈਡੀ ਫਿਰ, 4 ਦੇ ਦੇ ਫਿਰ, ਹੋਰ ਕੀ ਆ ਹੁਣ ਆਪਣਾ ਕੰਮ ਕੰਮ ਤਾਂ ਪੱਕਾ ਜੀ। ਇਹ ਖਿੱਚ ਕੇ ਬਸ ਤੁਹਾਡੇ ਲਈ ਹੈ, ਸਿੱਧੀ ਡਾਇਰੈਕਟ ਹੈ ਭਾਤੀ। ਹਲੋ ਜੀ 4 ਲੱਖ ਰੁਪਈਆ ਇਹ, ਬਾਕੀ ਆਪਾਂ ਫੇਰ ਕਰ ਲਾਂਗੇ ਠੀਕ ਆ। ਬਸ ਇਹ ਗੱਲ ਕਿਸੇ ਕੋਲ ਤੁਸੀਂ ਅੱਗੇ ਨਾ ਕਰਿਓ ਠੀਕ ਆ, ਠੀਕ ਆ ਆਪਦੇ 'ਚ ਹੀ ਰੱਖਿਓ, ਕੰਮ ਤੁਹਾਡਾ ਪੱਕਾ। ਬਸ ਠੀਕ ਆ ਜੀ, ਠੀਕ ਆ, ਧੰਨਵਾਦ, ਓਕੇ ਜੀ, ਠੀਕ ਆ ਜੀ। ਭੱਜੇ ਯਾਰ ਇੰਨੀ ਦੂਰ ਆਪਣਾ ਬੰਦਾ ਹੈਗਾ, ਮੈਂ ਤਾਂ ਕਹਿ ਦੂੰ ਪੈਣ ਦੀ ਮੈਥੋਂ ਉੱਥੇ ਲੱਗਦੀ ਰੇਸ। ਹਾਏ ਓਏ ਔਖਾ ਹੀ ਆ ਕੰਮ ਜਿਹਾ ਵੀ। ਆ ਗਿਆ ਪਾਪੇ ਯਾਰ, ਉਹ ਤਾਂ ਧੋਖਾ ਸੀਗਾ ਏਜੰਟ ਜ਼ਿਆਦਾ। ਕਿਉਂ ਕੀ ਹੋ ਗਿਆ? ਮੈਥੋਂ ਤਾਂ ਰੇਸ ਨਹੀਂ ਲੱਗੀ ਨਾ ਉੱਥੇ ਕੋਈ ਉਹ ਸੀਗਾ ਨਾ ਉਹਦਾ ਕੋਈ ਬੰਦਾ ਸੀ, ਮੈਨੂੰ ਤਾਂ ਲੱਗਦਾ ਆਪਣਾ 4 ਲੱਖ ਗਿਆ। ਮਿਲਿਆ ਨਹੀਂ ਤੈਨੂੰ ਉੱਥੇ ਉਹ? ਨਾ ਯਾਰ ਮੈਂ ਦੇਖਦਾ, ਜਿਹੜਾ ਨੰਬਰ ਦੇ ਕੇ ਗਿਆ ਤੇ ਫੋਨ ਲਾ ਕੇ ਦੇਖਦੇ ਆ। ਫੋਨ ਲਾਦਾ ਹੁਣ? ਅਰੇ ਯਾਰ ਧੱਕਾ ਹੀ ਕਰ ਗਿਆ। ਕੀ ਕਹਿੰਦਾ? ਸਵਿਚ ਆਫ ਹੈ, ਦੁਬਾਰੇ ਲਾ ਲਾ। ਹੁਣ ਮਨ ਸੂਬੇ ਨੇ ਕਿਤਾ ਬੰਦਾ ਕੀ ਨਹੀਂ ਕਰ ਸਕਦਾ ਹੁੰਦਾ ਕੁਵਾਲੀਆ ਬੂਦ।
ਅੱਜ ਪੂਰੇ ਜ਼ੋਰ ਸੇ ਔਰ ਜ਼ੋਰ ਸੇ ਭਾਗਨਾ। ਤੁਹਾਨੂੰ ਰੈਡੀ ਹੋ? ਹਾਂਜੀ ਹਾਂਜੀ। ਜਬ ਮੈਂ ਐਸੇ ਗੋ ਕਰੂੰਗਾ ਤਾਂ ਭਾਗਨਾ, ਠੀਕ ਹੈ? ਅਗਰ ਕਿਸੇ ਨੇ ਫੌਲ ਕੀਆ ਉਸਕੋ ਬਾਹਰ ਨਿਕਾਲ ਦੇਂਗੇ ਹਮ, ਠੀਕ ਹੈ? ਰੈਡੀ ਹੋ? ਯੈਸ ਸਰ। ਗੋ। ਭਾਗ ਭਾਗ। ਹਵੇਲੀਆਂ ਦੇ ਸੀਨੀ ਸਾਰੀ ਲੀਡਰੀ ਦੀ ਮਿਲਦੀ ਕਰੀਮ ਨੀ ਕੇ ਹੱਥ ਦਾ ਗਰਾਫ ਚੜਦਾ ਹੈ। हमने आप सभी को इंडियन आर्मी में सेलेक्ट किया है, ठीक है सर? कल सुबह आपका 5 बजे मेडिकल होगा, ठीक है सर? सभी पहुंचे हैं ना टाइम सर? ठीक है सर। पर्चा निकाल देंगे, ठीक है सर? ठीक है, ओके ओके।